तस्वीर हो रही है जस्सा पट्टी दे उमेश मथरे दे नाल अज दी झंडी दी कुछ दी एक बार ताड़ियां मार दे दोनों मल्लां दे लई। हेलो लो वे बहुत बड़ी खुशखबरी है जिथे बलबीर सिंह सरपंच दे लड़के दा हुणे फोन आया इंग्लैंड तो वह कहिंदा जिहड़ा जलेबियां दा कहां लंगर पंज दिन लई जां छे दिन लई होवे उह मेरा होणा। बलबीर सिंह दा लड़का वे जिहड़ा इंग्लैंड विच होया उन्हां वल्लों बेनती आ कि जिहड़ा पंज छे दिन जलेबियां लंगर चलना ਉਹ ਮੇਰੇ ਵੱਲੋਂ ਚੱਲਣਾ। ਬੜੀ ਮਿਹਰਬਾਨੀ ਬਈ, ਸ਼ਾਬਾਸ਼ ਸ਼ਾਬਾਸ਼ ਤੁਹਾਡੀ ਵੀਰ। ਚਾਚਾ ਜੀ ਢੋਲ ਹੁਣ ਥੋੜਾ ਜਿਹਾ ਡਗਾ ਹਲਕਾ ਕਰ ਲਈਏ। ਲੈ ਵੀ ਉਮੇਸ਼ ਮਥਰਾ ਇੱਕ ਵਾਰ ਅਧਕੜਾ ਕਰੇ ਲਾਲ ਰੰਗ ਦੀ ਕਹਿ ਜਾ ਤਾੜੀਆਂ ਮਾਰ ਦਿਓ ਜ਼ੋਰਦਾਰ। ਜੱਸਾ ਪੱਟੀ ਲਈ ਜ਼ੋਰਦਾਰ ਤਾੜੀਆਂ ਮਾਰ ਦਈਏ। ਲੈ ਵੀ ਬਾਹਰੋਂ ਆ ਕੇ ਕੋਈ ਵੀ ਫੈਸਲਾ ਨਾ ਦੇਵੇ। ਸਾਡੇ ਸੰਤੋਖ ਸਿੰਘ ਜੀ ਸੋਖੀ, ਮਹਿੰਦਰ ਸਿੰਘ ਜੀ ਰੰਦਾਵਾ, ਤੁਹਾਡੀ ਵੀਰ ਇੱਕ ਮਿੰਟ ਦੇ ਦਿਓ। ਪਹਿਲਾਂ ਸਿੱਧੇ 25 ਮਿੰਟ ਦਿੱਤੇ ਗਏ, ਇੱਕ ਵਾਰ ਤਾੜੀਆਂ ਮਾਰ ਦਿਓ ਦੋਨਾਂ ਪਹਿਲਵਾਨਾਂ ਦੇ ਲਈ। ਆ ਅੱਜ ਦੀ ਝੰਡੀ ਦੀ ਕੁਸ਼ਤੀ ਕਹਿੰਦੇ ਸ਼ੁਰੂ ਹੋਣ ਲੱਗੀ ਆ। ਆ ਸਾਹਮਣੇ ਕਹਿੰਦੇ ਵੱਡਾ ਮਾਣ ਦਿੱਤਾ ਜਾ ਰਿਹਾ ਤੇ ਵੱਡੀ ਕੁਸ਼ਤੀ ਜਿਹੜੀ ਸ਼ੁਰੂ ਹੋ ਗਈ ਹੈ ਅੱਜ ਦੀ ਝੰਡੀ ਦੀ ਕੁਸ਼ਤੀ, ਜਿੱਥੇ ਸਰਦਾਰ ਬਲਵਿੰਦਰ ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਜੀ ਖੰਗੂੜਾ ਪਰਿਵਾਰ ਹੈ, ਕੈਨੇਡਾ ਦੀ ਧਰਤੀ ਚ ਹੈ, ਜਿਹਨਾਂ ਦੇ ਵੱਲੋਂ ਝੰਡੀ ਦੀ ਕੁਸ਼ਤੀ ਲਈ ਕਹਿੰਦੇ ਬੁਲਟ ਮੋਟਰਸਾਈਕਲ ਹੈ ਤੇ ਆਹ ਕੁਸ਼ਤੀ ਦਾ ਕੁਝ ਵੀ ਹੋ ਸਕਦਾ। ਇੱਕ ਪਾਸੇ ਜੱਸਾ ਪੱਟੀ ਹੈ, ਆਹ ਦੂਸਰੇ ਪਾਸੇ ਕਹਿੰਦੇ ਉਮੇਸ਼ ਮਥਰਾ, ਉੱਥੇ ਸਰਦਾਰ ਅਵਤਾਰ ਸਿੰਘ ਜੀ ਘੋਲਾ। ਖਹਿਰਾ ਪੱਟੀਆਂ ਵਾਲਿਆਂ ਦਾ ਬਹੁਤ ਵੱਡਾ ਧੰਨਵਾਦ ਹੈ, ਅੱਜ ਦੇ ਛਿੰਝ ਮੇਲੇ ਨੂੰ ਲਾਈਵ ਤੱਕਦੇ ਆ, ਬਹੁਤ ਵੱਡੇ ਸਤਿਕਾਰ ਨੇ। ਔਰ ਜਿੱਥੇ ਕਹਿੰਦੇ ਆਪਣੇ ਨਗਰ ਚ ਵੱਡਾ ਕਬੱਡੀ ਕਾਪੀ ਕਰਾਇਆ, ਇਲਾਕਾ ਡਿਵੈਲਪਮੈਂਟ ਚ ਵੱਡਾ ਨਾਮਣਾ ਦਿੰਦਾ ਹੈ ਤੇ ਸਾਹਮਣੇ ਦੇਖਾਂਗੇ ਬਚਿੱਤਰ ਸਿੰਘ ਕੈਨੇਡਾ ਚੱਕ ਸਾਬੂ ਵਾਲੇ ਲਾਈਵ ਹੈ। ਲਓ ਸਾਹਮਣੇ ਕਹਿੰਦੇ ਇੱਧਰ ਫੇਰ ਵੱਡਾ ਧੰਨਵਾਦ ਸਾਡੇ ਅਪਰੇ ਤੋਂ ਪੁਲਿਸ ਚੌਂਕੀ ਦੇ ਇੰਚਾਰਜ ਸਾਡੇ ਸੋਢੀ ਬਾਈ ਹੁਣੀ ਪੁੱਜੇ ਹੋਏ ਆ, ਇਹਨਾਂ ਦੇ ਨਾਲ ਜਿੰਨੇ ਵੀ ਪੰਜਾਬ ਪੁਲਿਸ ਕਰਮਚਾਰੀ ਪੁੱਜੇ ਹੋਏ ਆ, ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਅਸੀਂ ਆਪਣੇ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਦੇ ਵੱਲੋਂ। ਔਰ ਧੰਨਵਾਦ ਕੀਤਾ ਜਾ ਰਿਹਾ ਵੀ ਕਿਸੇ ਭਰਾ ਦਾ ਕੋਈ ਮੋਟਰਸਾਈਕਲ ਚੱਕਿਆ ਕਿ ਸਾਡੇ ਐਸ ਆਈ ਸਾਹਿਬ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਆਪਣੇ ਆਪਣੇ ਸਾਧਨਾਂ ਨੂੰ ਸਾਂਭ ਕੇ ਰੱਖਿਓ। ਲਓ ਝੰਡੀ ਦੀ ਕੁਸ਼ਤੀ ਸਮਰਾੜੀ ਪਿੰਡ ਸਰਦਾਰ ਵੀਰ ਸਿੰਘ ਜੀ ਲਾਂਦੜਿਆਂ ਦੇਖਦੇ ਆ, ਮੱਕਰ ਸਿੰਘ ਜੀ ਸੋਤਾ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ, ਸ਼ੀਰਾ ਬਾਜੀ ਜੋਗਾ ਪੱਪੂ ਬਾਈ ਉਹਨਾਂ ਦੇ ਵੱਡੇ ਸਤਿਕਾਰ ਰਹਿੰਦੇ ਆ। ਤਾਂ ਸਰਦਾਰ ਮਨ ਸਿੰਘ ਜੀ ਸੋਤਾ, ਮਾਤਾ ਸਰਜੀਤ ਕੌਰ ਨਹੀਂ ਰਹੇ, ਇੱਕ ਵੱਡਾ ਨਾਮਣਾ ਉਹ ਸਾਡੇ ਨਗਰ ਲਈ ਛੱਡ ਕੇ ਗਏ ਆ। ਪਰ ਇੱਧਰ ਜੱਸਾ ਪੱਟੀ ਆ ਉਮੇਸ਼ ਮਥਰੇ ਦੇ ਦਰਮਿਆਨ ਯੁੱਧ ਚੱਲਦਾ ਹੈ ਕਿ ਉਹ ਡਾਮਾਡੋਲ ਰਹਿੰਦੀਆਂ ਕਬੀਲਦਾਰੀਆਂ ਘਰ ਵਿੱਚ ਬੰਦੇ ਸੂ ਜਵਾਨ ਤੋਂ ਬਿਨਾ ਉਹ ਕਦੇ ਨਾ ਚੱਲਣ ਹੱਟੀਆਂ, ਸੱਚੀ ਅਤੇ ਮਿੱਠੀ ਜੀ ਜਵਾਨ ਤੋਂ ਬਿਨਾ ਇੱਜ਼ਤਾਂ ਦੇ ਵੱਟੇ ਜਿੱਥੇ ਪੈਸਾ ਮਿਲਦਾ ਨੇੜੇ ਵੀ ਨਾ ਜਾਈਏ ਇਸੇ ਕੰਮ ਧੰਦੇ ਦੇ, ਖਾ ਕੇ ਜਿਹੜਾ ਥਾਲੀ ਵਿੱਚ ਕਰੇ ਛੇਕ ਫਿੱਟੇ ਮੂੰਹੇ ਜੇ ਸਲੱਗ ਬੰਦੇ ਦੇ। ਲਓ ਮਿਹਨਤ ਕਰਨੀ ਬਣਦੀ ਆ। ਜੱਸਾ ਪੱਟੀ ਉਮੇਸ਼ ਮਥਰੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲਦੀ ਆ ਤੇ ਅੱਜ ਦੀ ਝੰਡੀ ਦੀ ਕੁਸ਼ਤੀ ਨੂੰ ਸਰਦਾਰ ਬਲਵਿੰਦਰ ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਜੀ ਖੰਗੂੜਾ ਪਰਿਵਾਰ ਵੱਲੋਂ ਵੱਡੇ ਮਾਣ ਧੰਨਵਾਦ ਕੀਤਾ ਜਾ ਰਿਹਾ। ਕੁਲਦੀਪ ਢਡਵਾਲ, ਜੱਸੀ ਢਡਵਾਲ ਸਨ ਆਫ ਸਰਦਾਰ ਪਿਆਰਾ ਸਿੰਘ ਜੀ ਥਾਣੇਦਾਰ ਗੜੀ ਮਾਨ ਸਿੰਘ ਵਾਲੇ ਵੱਡੇ ਸ਼ਕੀਨ ਹੈ ਕੁਸ਼ਤੀਆਂ ਦੇ, ਵੱਡਾ ਸਤਿਕਾਰ ਕੀਤਾ ਜਾ ਰਿਹਾ ਇਹਨਾਂ ਪਰਿਵਾਰਾਂ ਦਾ। ਏਰੀਆ ਪਿਆਰ ਬੋਲਦਾ। ਲਓ ਸਾਹਮਣੇ ਦੇਖਾਂਗੇ ਕੁਸ਼ਤੀ ਦਾ ਯੁੱਧ ਚੱਲਦਾ, ਕੌਣ ਜਿੱਤੂ ਕੌਣ ਹਰੂ। ਗੱਲ ਵਕਤ ਦੀ ਹੈ ਕਿ ਸੂਰਵੀ ਨੂੰ ਹੈ ਮਹਿਣਾ ਮੌਤ ਵਰਗਾ, ਜਰ ਲੱਗ ਜਾਂਦੇ ਜਦ ਨੇਜੇ ਭਾਲਿਆਂ ਦੇ, ਪਹਿਲਵਾਨ ਦਾ ਸਿੱਕਾ ਖਤਮ ਹੋ ਜਾਏ, ਡੁੱਲ ਜਾਂਦਾ ਜਦੋਂ ਮੱਧ ਪਿਆਲਿਆਂ ਦੇ, ਸਾਧੂ ਸੰਤ ਨਹੀਂ ਬੰਦਾ ਕੋਈ ਹੋਰ ਹੋਣਾ, ਦਿੰਦਾ ਬਹੁਤਾ ਜ਼ੋਰ ਮਸਾਲਿਆਂ ਦੇ, ਉਸ ਮਿਸਤਰੀ ਨੇ ਕੀ ਮਹਿਲ ਪਾਉਣੇ, ਅੱਕ ਜਾਂਦਾ ਜੋ ਸਾਲ ਗਰਮਾਲਿਆਂ ਦੇ, ਖਾਂਦਾ ਹੋਈ ਨੇ ਧੋਖੇ ਗੁਰਦਾਸ ਸੰਧੂ, ਟਿਕ ਜਾਂਦਾ ਜੋ ਮਾੜੇ ਰਖਵਾਲਿਆਂ ਦੇ। ਲਓ ਕੁਸ਼ਤੀ ਦਾ ਯੁੱਧ ਚੱਲਦਾ, ਇੱਕ ਪਾਸੇ ਕਹਿੰਦੇ ਉਮੇਸ਼ ਮਥਰਾ ਨਾਲ ਜੱਸਾ ਪੱਟੀ, ਆਹ ਚੀਨ ਦੀ ਕੰਧ ਕਿਹਾ ਜਾਂਦਾ ਕਹਿੰਦੇ ਭਲਵਾਨੀ ਖੇਤਰ ਚ ਸ਼ਿੰਦਾ ਪੱਟੀ ਦਾ ਨਾਮ ਵੱਡਾ ਰਿਹਾ, ਆਹ ਨਗਰ ਚ ਵੱਡੀਆਂ ਭਲਵਾਨੀਆਂ ਕੀਤੀਆਂ ਨੇ ਵੱਡੇ ਨਾਮਣਿਆ। ਲਓ ਉਮੇਸ਼ ਮਥਰਾ ਤੇ ਜੱਸਾ ਪੱਟੀ ਦੇ ਦਰਮਿਆਨ ਯੁੱਧ ਚੱਲਦਾ ਵੀ ਆਹ ਕੁਸ਼ਤੀ ਲਈ ਤਾੜੀਆਂ ਮਾਰ ਦਿਓ। ਆਹ ਵੱਡੇ ਮੱਲ ਪੁੱਜੇ ਹੋਏ ਆ, ਐਨ ਸਿਰਾ ਕੁਸ਼ਤੀ ਚੱਲਦੀ ਹੋਈ। ਪਰ ਇੱਧਰਲੇ ਪਾਸੇ ਅੱਜ ਦੀ ਝੰਡੀ ਦੀ ਕੁਸ਼ਤੀ ਫਾਈਨਲ ਕੁਸ਼ਤੀ ਹੈ, ਇੱਕ ਪਾਸੇ ਉਮੇਸ਼ ਮਥਰਾ ਆਹ ਦੂਸਰੇ ਪਾਸੇ ਜੱਸਾ ਪੱਟੀ। ਪਿਆਰ ਸਲੂਕ ਅਦਬ ਦੇ ਨਾਲ ਆਪਾਂ ਕੁਸ਼ਤੀ ਲੜਨੀ ਆ, ਪਿਆਰ ਦੇ ਨਾਲ ਤੇ ਭਾਵੇਂ ਮਿਰਚਾਂ ਵੇਚ ਲਓ, ਗੁੱਸੇ ਵਾਲੇ ਦਾ ਗੁੜ ਨਹੀਂ ਵਿਕਦਾ, ਇਸ ਕਰਕੇ ਪਿਆਰ ਨਾਲ ਕੁਸ਼ਤੀ ਲੜਨੀ ਹੈ। ਕੋਈ ਵੀ ਭਲਵਾਨ ਕਿਸੇ ਦੇ ਸੱਟ ਚੋਟ ਮਾਰਨ ਦੀ ਕੋਸ਼ਿਸ਼ ਨਾ ਕਰੇ, ਇਹ ਸਾਰੇ ਵੀ ਨੋਟ ਕਰਿਓ। ਲਓ ਸਾਹਮਣੇ ਕਹਿੰਦੇ ਕੁਸ਼ਤੀ ਦਾ ਯੁੱਧ ਚੱਲਦਾ ਹੈ,
इधरले पासे सामने एक पासे जस्सा पट्टी है और दूसरे पासे महेश मात्रा उधर पाना पहलवान जी पहुंचे हुए हैं। अपने सारे मल्ला नु नाल लेके सरदार सिंह त्रेता जी पहुंचे हुए हैं। महेंद्र पहलवान जी टिब्बी पहुंचे हुए हैं। बहुत बड़ा सत्कार जिते साडे दरम्यान बघेल सिंह जी काले वाले ने विजय पहलवान जी फुगवाड़ा तीर्थ पहलवान जी जानकारी देंदे आ वे 7 तारीख माला दी भज्जी आउंदी है छोटा कनी हुशियारपुर जस्से पट्टी दे दरम्यान कहिंदे झंडी दी कुश्ती होनी है। सारे भी नोट कर लियो लाओ सामने कहिंदे कुश्ती दा युद्ध चलदा है। एक पासे महेश मात्रा दूसरे पासे जस्सा पट्टी अज दी ये फाइनल कुश्ती चलदी हुई सूरज ढलिया बच्चा इच्छा करदा मां दी गोदी दी डाडी सख्त ड्यूटी हुंदी पुलिसमैन ते दोधी दी उमरां भर जख्म सुखदे लगदे ना अपनियां चोटां दे रिश्तेदारी खत्म हो जांदी जद मसले बन जाण नोटां दे घर दी कड्डी वर्गा नशा है पहलवान नूं ताड़ी दा संधुआ कई वारी कम करा दिंदा पंप मारे आड़ी दा लावे ढोली वीर सरदार कृपाल सिंह जी कहंदे आ भी अगले साल झंडी की कुश्ती लई दो नंबर दी जिहड़ी झंडी की कुश्ती होनी आ 40,000 रुपया मेरे वल्लों कर दे एक बार ताड़ियां मार दो जोरदार बहुत वड्डे मान होणगे अगले साल दे लई। लावे कृपाल सिंह ने तो लंगर दे वास्ते भी ऐतकी काफ़ी माया पाई है सो ये हर साल क्योंकि घट्टो घट 50,000 रुपया तो लाए देंदे हन होर जी इन्होंने छिंज वास्ते अगले साल अलॉटमेंट करती उन्हें जो की सो सारे कमेटी वालों संगत वालों इन्हों का बहुत धन्यवाद से सो ये तो 41,000 देना देना बाकी लंगर की सेवा तो अगे अंगरे करते जित गया ओ जस्सा जित गया ओ ताड़ियां मार दो जस्से दे लई अज दा सिरा हो गया आ दुनिया दे वड्डे माला आ सम्राड़ी दी धरती च पुज्जिया लैवे ताड़ियां मार दो पट्टी वाले दे लई लैवे एक बार भन्ना सिया दो कदम अगे चल के आई भंगड़ा पा के दिखाली पहलां को जस्सा जी लैवे बापू जी आयो एक बार भंगड़ा पा के दिखाओ खुशी वाला लुआ जी पा के दिखाओ भंगड़ा एवं मल जीतिया ताड़ियां मार दो आओ उस्ताद भंगड़े पाउंदा उस्ताद भंगड़े पाउंदा आओ बड़े माण आओ सामने कहिंदे कुश्ती जीती है मल ने आओ जस्सा पट्टी जेतू रिहा समराड़ी दे विच जिन्ने भी भरा पुजे हुए आ कल्ले कल्ले भरा अज दे छिंज मेले च पुजण ते बहुत वड्डा धन्नवाद कीता जा रहा वे ताड़ियां मार दो जी कुश्ती वधिया लगी ना ला बड़ा सम्मान ला दो नंबर की झंडी की कुछ